ਦੇਖ ਲੋ ਜੀਜੇ ਨਾ ਜੀਜੇ ਨੂੰ ਸਾਲੇ ਦਾ ਡਰ ਪੈ ਗਿਆ ਬਲੌਗ ਚ ਸਤਿ ਸ੍ਰੀ ਅਕਾਲ। ਹੋਰ ਕੀ ਹਾਲ ਚਾਲ ਆ ਤੁਹਾਡਾ ਜੀ? ਤੁਹਾਡੇ ਆਪਣੇ ਯੂਟਿਊਬ ਚੈਨਲ ਟਰੱਕਿੰਗ ਲਾਈਫ ਦੇ ਉੱਤੇ ਤੁਹਾਡਾ ਸਵਾਗਤ ਆ। ਮੈਂ ਤੁਹਾਡਾ ਆਪਣਾ ਟਰੱਕ ਵਾਲਾ ਯਾਰ ਤੁਹਾਡੇ ਲਈ ਲੈ ਕੇ ਆਇਆ ਇੱਕ ਹੋਰ ਵੀਡੀਓ ਕਮਾਲ ਦੀ। ਚੈਨਲ 'ਤੇ ਨਵੇਂ ਜੁੜੇ ਮੇਰੇ ਸੱਜਣ ਮਿੱਤਰ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅਤੇ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ। ਆਜੋ ਬਲੌਗ ਦੇ ਨਾਲ ਬਣੇ ਰਹੋ, ਕਰਦੇ ਵਲੌਗ ਆਪਾਂ ਕੰਟੀਨਿਊ। ਹਾਂਜੀ, ਟਾਈਮ ਹੋ ਗਿਆ 2:30 ਵੱਜ ਗਏ। ਅਗਲੇ ਦਿਨ ਦੀ ਹੋ ਗਈ ਸ਼ੁਰੂਆਤ ਆਪਣੀ, ਅਤੇ ਰੋਜ਼ ਦੀ ਤਰ੍ਹਾਂ ਗੱਡੀ ਨੂੰ ਆਪਣੇ ਸੈਲਫ ਮਾਰ ਲਈ ਆਫ ਕਰਕੇ, ਅਤੇ ਹੁਣ ਆਪਾਂ ਤੁਰਦੇ ਹਾਂ, ਚੱਲਦੇ ਹਾਂ ਹੌਲੀ ਹੌਲੀ। ਆ ਚੱਲੀਏ ਲੁਧਿਆਣੇ ਨੂੰ। ਆਪਾਂ ਨਹਿਰ ਵਾਲੇ ਰੋਡ 'ਤੇ ਚੜ੍ਹ ਗਏ ਆ ਜਾ ਕੇ, ਬਾਕੀ ਹੁਣ ਜਾ ਕੇ ਦੇਖਦੇ ਆ। ਆ ਜਾਓ ਚੱਲਦੇ ਆ ਹੌਲੀ ਹੌਲੀ। ਰੋਡ ਜਮਾਂ ਸੁੰਨਾ ਪਿਆ, ਕੁਝ ਵੀ ਨਹੀਂ ਦਿਖਦਾ, ਨਾ ਕੋਈ ਗੱਡੀ ਆ ਰਹੀ ਆ ਨਾ ਕੁਝ ਆ ਰਿਹਾ। 3 ਵੱਜ ਗਏ ਹੋਏ ਆ, ਰਸਤੇ ਦੇ ਵਿੱਚ ਗੜੀ ਵਾਲੇ ਪੁੱਲ ਦੇ ਕੋਲ ਹੀ ਖਬਰ ਆ, ਆ ਵੀ ਲੱਗੀ ਹੋਈ ਆ, ਪਿੱਛੇ ਤੋਂ ਲੱਗੀ ਹੋਈ ਆ। ਰਾਲੇ ਚ ਰਸਤੇ ਦੇ ਵਿੱਚ ਤੇਜ਼ ਆਉਂਦੇ ਆ, ਦੇਖਦੇ ਹੈ ਨਹੀਂ ਇਹ, ਥੋੜ੍ਹਾ ਧਿਆਨ ਨਾਲ ਆਵੇ ਤਾਂ ਫਾਇਦਾ ਹੋ ਜਾਂਦਾ, ਨੁਕਸਾਨ ਤੋਂ ਬਚ ਜਾਂਦਾ ਬੰਦਾ। ਢਾਬੇ 'ਤੇ ਪੁੱਜ ਗਏ, ਆ ਜਾ ਗੱਡੀ ਲੰਬੀ ਜਾਣੀ ਲੱਗੀ ਆ ਬਾਹਰਲੀ ਸਾਈਡ। ਪੁੱਜ ਕੇ ਢਾਬੇ 'ਤੇ ਆਪਾਂ ਵੀ ਚਲੋ ਹੁਣ ਚਾਹ ਚੂ ਪੀਂਦੇ ਆ, ਫੇਰ ਕਰਦੇ ਆ ਗੱਲਬਾਤ। ਆ ਜਾਓ
ਢਾਬੇ ਤੇ ਪੁੱਜ ਗਏ ਆਪਾਂ, ਲਵਲੀ ਆ ਰਹੇ ਵਾਲੇ ਆਪਾਂ ਪੁੱਜ ਗਏ ਨੇ। ਹਵਾ ਚੱਲਦੀ ਨਹੀਂ ਹੁੰਦੀ ਤੇ ਬਾਕੀ ਚਾਹ ਚੂ ਪੀ ਕੇ ਚੱਲਦੇ ਆ। ਹਲੇ ਰਾਜ ਉਹਨਾਂ ਨੂੰ ਵੀ ਫੋਨ ਕਰਨਾ, ਫੋਨ ਕਰੇ ਦੇਈ ਉਹਨਾਂ ਨੂੰ ਵੀ, ਠੰਡ ਵੀ ਵਾਲੀ ਆ। ਬਿੱਲੀ ਚਲੋ ਆ ਜਾਓ, ਚਾਹ ਚੂ ਪੀ ਕੇ ਫੇਰ ਕਰਦੇ ਆ ਗੱਲਬਾਤ, ਜਿੱਦਾਂ ਵੀ ਹੋਇਆ ਉੱਦਾਂ ਦੇਖਦੇ ਆ। ਆ ਜਾਓ, ਢਾਬੇ ਤੇ ਪੁੱਜ ਗਏ ਨੇ, ਪੀਂਦੇ ਆਪਾਂ ਚਾਹ। ਸਵੇਰੇ ਖਾਣ ਲੱਗ ਗਿਆ, ਲੈ ਸਵੇਰੇ ਚੀਨੀ ਸ਼ੂਗਰ ਹੋ ਜਾਣੀ ਆ ਚਾਹ ਤੈਨੂੰ। ਚਾਹ ਜੂ ਲਈ ਪੀ ਆਪਾਂ ਨੇ, ਹੁਣ ਚੱਲਦੇ ਆ ਪਾਰਕਿੰਗ 'ਚ ਨੂੰ। ਆ ਜਾਓ ਦੇਖਦੇ ਆ ਜੀ ਆ ਕੇ ਕੀ ਬਣਦਾ ਉੱਥੇ। ਚਲੋ ਆ ਜਾਓ ਚੱਲੀਏ ਫਿਰ ਹੁਣ ਆਪਾਂ ਪਾਰਕਿੰਗ ਨੂੰ। ਤੁਰ ਪਏ ਆਪਾਂ ਤੇ ਹੁਣ ਜਾ ਰਹੇ ਨੇ ਹੌਲੀ ਹੌਲੀ, ਤੇ ਕਰਦੇ ਆ ਗੱਲਬਾਤ ਜਾ ਕੇ ਬਾਕੀ ਜਿੱਦਾਂ ਵੀ ਹੋਇਆ। ਆ ਜਾਓ ਚੱਲੀਏ, ਤੁਰ ਪਏ ਆਪਾਂ ਤੇ ਹੁਣ ਜਾ ਰਹੇ ਆ ਮੰਜ਼ਲਿੰਗ ਤੋਂ ਨੀਲੋ ਵਾਲੇ ਪੁੱਲ ਨੂੰ। ਨੀਲੋ ਵਾਲਾ ਰਾਹ ਚੱਲੇ ਹੋਏ ਆ ਲੁਧਿਆਣੇ ਨੂੰ ਆਪਾਂ, ਪਿੱਛੇ ਲਵਲੀ ਆ ਰਿਹਾ, ਸਾਗਰ ਦੀ ਬੋਟੀ ਆ ਰਹੀ ਆ ਪਿੱਛੇ, ਉਹ ਲੱਟਾ ਦਿਖਦੀ ਆ ਉੱਥੇ ਆ ਰਹੀ ਆ ਸਾਗਰ ਦੀ ਬੋਟੀ। ਚਲੋ ਆ ਜਾਓ, ਕਟਾਣੀ ਪੁੱਜ ਗਏ ਤੇ ਸਾਹਮਣੇ ਰੋਡ ਦਾ ਕੰਮ ਚੱਲਦਾ ਤੇ ਹੁਣ ਆਪਾਂ ਜਾ ਰਹੇ ਆ ਕਰਦਾ ਰਾਜੂ ਰਾਜੂ ਲੱਗਿਆ ਹੁਣ। ਆ ਜਾਓ ਚੱਲੀਏ ਫਿਰ ਹੁਣ ਟਾਣੀ ਪਾਰ ਕਰ ਲਿਆ ਆਪਾਂ ਨੇ। ਆ ਜਾਓ ਫਿਰ ਚੱਲੀਏ ਹੁਣ ਕੁਹਾੜੇ ਨੂੰ। ਪਾਰਕਿੰਗ ਪੁੱਜ ਗਏ, ਲਾਤੀ ਮੁੰਡੇ ਨੇ ਗੱਡੀ, ਬਾਇਕ ਕਰਕੇ ਲੱਗਿਆ ਲਾਉਣ ਤੇ ਆਪਾਂ ਨੇ ਲਾਤੀ ਇੱਧਰ, ਉਹ ਖੜੀ ਕਰਤੀ ਤੇ ਆਹ ਖੜੀ ਕੀਤੀ, ਉਹ ਤਾਂ ਬੱਸ ਖੜੀ ਆ। ਆ ਜਾਓ ਕਰਦੇ ਆ ਗੱਲਬਾਤ, ਬਾਕੀ ਚੱਲਦੇ ਆ ਲੇਬਰ ਵੀ ਆਉਣ ਵਾਲੀ ਕਰਤੀ ਗੱਲ। ਆ ਚੱਲੀਏ, ਪਹੁੰਚ ਗਏ ਅਸੀਂ ਪੀਰ ਪੈਲਸ ਵਾਲੇ ਚੌਂਕ ਦੇ ਕੋਲ, ਸਾਗਰ ਦੀ ਬੋਟੀ ਜਾ ਰਹੀ ਅੱਗੇ। ਸਾਗਰ ਹਲੇ ਆਇਆ ਨਹੀਂ, ਸਾਗਰ ਆਉਂ 6 ਵਜੇ। ਆ ਜਾਓ ਚੱਲੀਏ, ਪਹੁੰਚ ਕੇ ਦੁਕਾਨ 'ਤੇ ਲੱਗੇ ਖਾਲੀ ਕਰਨ ਅਤੇ ਅੱਜ ਆਪੇ ਖਾਲੀ ਕਰਨੀ ਪੈਣੀ ਹੁਣ। ਆ ਜਾਓ ਆਪਾਂ ਹੋ ਗਏ ਵਿਹਲੇ, ਗੱਡੀ ਖਾਲੀ ਕਰ ਲਈ ਆਪਾਂ ਨੇ ਅਤੇ ਹੁਣ ਪਹੁੰਚ ਕਰਾਂ ਜਾ ਰਹੇ ਦੁਬਈ ਨੂੰ। ਫਿਰਦੇ ਤਾਂ ਹੁਣ ਵੀ ਦੁਬਰੀ 'ਚ ਆ ਅਤੇ ਮੈਂ ਤਾਂ ਰਾਜੂ ਤਾਂ 2 ਜਣੇ ਨੇ ਖਾਲੀ ਕੀਤੀ ਆ, ਬਾਕੀ ਹੁਣ ਪਹੁੰਚ ਕਰਾਉਂਦੇ ਜਾ ਕੇ। ਆ ਜਾਓ ਚੱਲੀਏ, ਬੱਲੀ ਨੂੰ ਦੇ ਤਾ ਲੇਬਰ ਵਾਲਾ, ਰਾਜੂ ਨੂੰ ਭੇਜ ਤਾ ਅਤੇ ਹੁਣ ਬੱਲੀ ਚੱਲਿਆ ਖਾਲੀ ਕਰਨ
ਆਪਾਂ ਵੀ ਚੱਲੀਏ ਤੇ ਯੋ ਜਲਾ ਸਾਗਰ ਚਲਾ ਰੇ। ਚਲੋ ਆ ਜਾਓ ਆਪਾਂ ਚੱਲੀਏ, ਹੁਣ ਜਾਂਦੇ ਕਰਦੇ ਆ ਗੱਲਬਾਤ। ਆਪਾਂ ਤੁਰ ਪਏ ਟੁਕਰੀ ਤੋਂ ਤੇ ਜਾ ਰਹੇ ਆ ਟੋਰ ਨਾਲ, ਸਾਢੇ ਸੱਤ ਹੋ ਗਏ ਨੇ, ਬਾਕੀ ਜਾਂਦੇ ਕਰਦੇ ਆ ਗੱਲਬਾਤ। ਜੇ ਤਾਂ ਘੰਟਾ ਪਹਿਲਾਂ ਵਿਹਲੇ ਹੋ ਜਾਂਦੇ ਵਿੱਚ ਨਿਕਲ ਜਾਣ ਤਾਂ ਵਿੱਚ ਨੂੰ ਟਾਈਮ ਤਾਂ ਹੈਗਾ ਪਰ ਟ੍ਰੈਫਿਕ ਹੋ ਜਾਣੀ ਆ, ਸਾਨੇ ਵਾਲ ਨੂੰ ਚੱਲਦੇ ਆ ਘੁੰਮ ਕੇ। ਅੱਜ ਚੱਲੀਏ ਫਿਰ, ਜਿੱਦਾਂ ਵੀ ਹੋਇਆ ਤਾਂ ਦੇਖਾਂਗੇ। ਬਾਕੀ ਗੱਡੀ ਇੱਥੇ ਵੀ ਖੜੀ ਆ ਅੱਜ ਉਤਰਨ ਲਈ, ਦੁਬਰੇ ਰੋਡ ਤੋਂ ਹੋਇਆ 64-88 ਬੰਦਾ ਘੈਂਟ ਬੰਦਾ। ਚੱਲਦੇ ਹਾਂ ਫਿਰ ਆਪਾਂ ਹੌਲੀ ਹੌਲੀ, ਆ ਜਾਓ। ਗਿੱਲ ਵਾਲੇ ਰੋਡ ਦੇ ਉੱਤੇ ਆ ਗਏ, ਜਿਹੜਾ ਗਿੱਲ ਪਿੰਡ ਤੋਂ ਗਿੱਲ ਮੰਡੀ ਨੂੰ ਜਾਂਦਾ ਉਹ ਰੋਡ 'ਤੇ ਆ। ਅਤੇ ਹੁਣ ਆਪਾਂ ਇੱਥੇ ਤੋਂ ਸਾਹਨੇ ਵੱਲ ਨੂੰ ਹੋ ਜਾਣਾ, ਵਿੱਚ ਨੂੰ ਤਾਂ ਆਪਣੇ ਕਾਹਨੂੰ ਜਾਣਾ, ਹੁਣ ਸਾਹਨੇ ਵੱਲ ਨੂੰ ਚੱਲਦੇ ਆ। ਫਾਇਦਾ ਤਾਂ ਵਿੱਚ ਨੂੰ ਵੀ ਜਾ ਕੇ ਆ, ਪਰ ਕੋਈ ਨਹੀਂ ਆਪਾਂ ਸਾਹਨੇ ਵੱਲ ਨੂੰ ਘੁੰਮ ਜਾਂਦੇ ਹਾਂ, ਕੋਈ ਚੱਕਰ ਨਹੀਂ ਹੈਗਾ। ਆ ਜਾਓ ਚੱਲੀਏ ਫਿਰ ਹੁਣ ਸਾਹਨੇ ਵੱਲ, ਪਾਇਆ ਕੁਹਾੜਾ ਕੁਹਾੜਾ ਪਾਇਆ ਸਾਹਨੇ ਵੱਲ ਬਾਈ, ਆ ਜਾਓ ਚੱਲੀਏ। ਇਸ ਟਾਈਮ ਫਾਂਕਾ ਪਿਆ ਰੋਡ, ਕੱਲ੍ਹ ਬੱਲੀ ਇੱਥੇ ਦੀ ਵੀਡੀਓ ਪਾਉਂਦਾ ਦਾ ਜਾਮ ਲੱਗਿਆ ਹੋਇਆ ਸੀ ਕੱਲ੍ਹ, ਪਰ ਹਲਦੀ ਘੜੀ ਸਾਫ਼ ਪਿਆ ਰੋਡ ਸਾਫ਼। ਆ ਜਾਓ ਚੱਲੀਏ ਫਿਰ ਆਪਾਂ। ਬਾਈ ਜੀ ਆਹ ਰੋਡ ਦਾ ਕੰਮ ਚੱਲ ਰਿਹਾ, ਪਰ ਆਹ ਰੋਡ ਦੇ ਕੰਮ ਦਾ ਸਮਝ ਨਹੀਂ ਲੱਗ ਰਿਹਾ ਕਿਹੜੇ ਹਿਸਾਬ ਨਾਲ ਕਰ ਰਹੇ ਆ। ਆਹ ਟੋਟਾ ਲੱਗਿਆ ਹੋਇਆ ਬਣ, ਅਤੇ ਇਹਦੇ ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾਉਂਦਾ ਇੱਕ ਟੋਟਾ, ਪਤਾ ਨਹੀਂ ਭੁੱਲੇ ਗਏ ਬਣਾਉਣਾ ਇਹ ਜਾਂ ਪਤਾ ਨਹੀਂ ਜਾਣ ਕੇ ਹੀ ਛੱਡਤਾ। ਅੱਧਾ ਕਿਲੋਮੀਟਰ ਦਾ ਟੁੱਟਿਆ ਹੋਇਆ ਰੋਡ ਫੇਰ ਛੱਡਤਾ, ਜਿੱਥੇ ਜ਼ਿਆਦਾ ਟੁੱਟਿਆ ਹੋਇਆ ਤਾਂ ਉਹਦਾ ਇਹਨਾਂ ਨੇ ਬਣਾਇਆ ਨਹੀਂ, ਉਦੋਂ ਅੱਗੇ ਫੇਰ ਬਣਾ ਤਾ। ਤੁਹਾਨੂੰ ਮੈਂ ਦਿਖਾਉਂਦਾ, ਆਪ ਚੱਲੀਏ। ਆ ਪੈ ਗਏ ਆਪਾਂ ਰੋਡ ਦੇ ਉੱਤੇ ਜੀ, ਮੈਂ ਤੁਹਾਨੂੰ ਟੋਟਾ ਦਿਖਾਉਣਾ ਬਈ ਟੋਟਾ ਕਿਹੜਾ ਛੱਡਿਆ ਇਹਨਾਂ ਨੇ, ਆ ਬਣਾ ਤਾ ਹੋਇਆ ਇਹ ਸਮਝ ਲਓ ਇਹਨਾਂ ਨੇ 3 ਕਿਲੋਮੀਟਰ ਦਾ ਟੋਟਾ ਇੱਥੇ ਬਣਾ ਤਾ। ਚਲੋ ਅੱਗੇ ਕੰਮ ਚੱਲਦਾ। ਆ ਜਾਓ ਦੱਸਦਾ ਮੈਂ, ਆਹ ਟੋਟੇ ਦਾ ਸਮਝ ਨਹੀਂ ਲੱਗਿਆ ਮੈਨੂੰ ਵੀ ਇਹ ਬਣਾਉਣਾ ਭੁੱਲ ਗਏ ਜਾਂ ਜਾਣ ਕੇ ਨਹੀਂ ਬਣਾਇਆ, ਕੀ ਚੱਕਰ ਆ ਇਹ ਚੀਜ਼ ਦੀ, ਇਹਨਾਂ ਦੀ ਸਮਝ ਨਹੀਂ ਲੱਗੀ। ਨਾਲੇ ਸਾਰਿਆਂ ਨਾਲੋਂ ਵੱਧ ਟੁੱਟਿਆ ਹੋਇਆ ਖਰਾਬ ਹੋਇਆ ਹੋਇਆ ਹੀ ਟੋਟਾ ਇਹ, ਸਾਰਾ ਰੋਡ ਠੀਕ ਠਾਕ ਤਾਂ ਇਹ, ਪਤਾ ਨਹੀਂ ਇਹ ਪੁੱਲ ਬਣ ਰਿਹਾ ਤਾਂ ਕਰਕੇ ਨਹੀਂ ਬਣਾਇਆ ਇਹਨਾਂ ਨੇ, ਪਰ ਆ ਪੁੱਲ ਦੇ ਨਾਲ ਤਾਂ ਕੋਈ ਤਾਲੁਕਾਤ ਹੈ ਨਹੀਂ। ਪੁੱਲ ਆਪਣਾ ਲਹਿਦਾ ਬਣ ਰਿਹਾ, ਕਲੋਨੀ ਵਾਲੇ ਬਣਾ ਰਹੇ ਆ, ਅਤੇ ਆਹ ਟੋਟੇ ਦਾ ਤਾਂ ਬੁਰਾ ਹਾਲ ਹੋਇਆ ਹੋਇਆ, ਆਹ ਹੀ ਟੋਟਾ ਨਹੀਂ ਬਣਾਇਆ ਹੈਗਾ ਇਹਨਾਂ ਨੇ, ਇਹ ਤੋਂ ਅੱਗੇ ਇਹਨਾਂ ਨੇ ਫੇਰ ਬਣਾਤਾ ਹੋਇਆ। ਆ ਜਾਓ ਮੈਂ ਦਿਖਾਉਂਦਾ ਉਹ ਵੀ ਕਿੱਥੇ ਬਣਾਇਆ ਹੋਇਆ, ਪੂਰਾ 1 ਕਿਲੋਮੀਟਰ ਤੋਂ ਉੱਪਰ ਟੁੱਟਾ ਇਹ। ਆਪਣੇ ਵਿੱਚ ਰੋਕ ਲਈ ਸੀ ਵੀਡੀਓ, ਆਹ ਦੇਖੋ ਬਿਲਕੁਲ ਇਹਦੇ ਸਾਹਮਣੇ ਆ ਕੇ ਰੋਡ ਬਣਾ ਤਾ।
ਮਤਲਬ ਠੇਕੇ ਸਾਹਮਣੇ ਆ ਗਏ, ਹੁਣ ਰੋਡ ਬਣਾਤਾ ਹੋਇਆ ਇਹ ਸਿਰੇ ਤੱਕਿਆ ਸ਼ਹਿਰ ਆਪਣੇ ਸਾਹਮਣੇ ਵੱਲ ਮੁੜ ਜਾਂਦੇ ਆ ਟਿੱਬੇ ਵਾਲੇ ਨਹਿਰ ਤੋਂ, ਅੱਗੇ ਪਤਾ ਨਹੀਂ ਪਰ ਟਿੱਬੇ ਵਾਲੇ ਨਹਿਰ ਤੱਕ ਬਣ ਗਿਆ ਹੋਇਆ ਆਹ ਰੋਡ ਇੱਕ ਸਾਈਡ। ਚਲੋ ਚੱਲੀਏ ਫਿਰ ਆ ਜਾਓ, ਹੁਣ ਸਾਹਮਣੇ ਵੱਲ ਪੁੱਜ ਗਏ ਆਪਾਂ ਨਾਲੇ ਟ੍ਰੈਫਿਕ ਵਾਲੇ ਮਾਰੀ ਚੱਲ ਮਾਰੀ ਚੱਲ ਉਹ ਹੈ ਨਹੀਂ ਮੂਹਰੇ ਨਾਲੇ ਬਾਈ, ਇਹ ਵੀ ਕਈਆਂ ਨੂੰ ਸਵਾਦ ਲੈਣ ਦੀ ਆਦਤ ਆ ਨਵਾਂ ਨਵਾਂ ਜਿਹਨਾਂ ਨੇ ਲਵਾਇਆ ਹੁੰਦਾ। ਚਲੋ ਅੱਜ ਚੱਲੀਏ ਫਿਰ ਹੁਣ ਚਾਹ ਪੀਂਦੇ ਆ ਜਾ ਕੇ ਅੱਗੇ ਢਾਬੇ ਦੇ। ਕੁਹਾੜੇ ਚੌਂਕ 'ਚ ਪੁੱਜ ਗਏ, ਇੱਥੇ ਰੋਜ਼ ਹੀ ਇਹੀ ਕੰਮ ਆ, ਗੰਨੇ ਵਾਲੀਆਂ ਟਰਾਲੀਆਂ ਕਰਕੇ ਜਾਮ ਜ਼ਿਆਦਾ ਲੱਗਣ ਲੱਗ ਗਿਆ ਕਿਉਂਕਿ ਮਿੱਲ ਚੱਲੀ ਹੋਈ ਆ ਹੁਣ ਸੀਜ਼ਨ ਆ ਗੰਨੇ ਦਾ, ਗੰਨੇ ਵਾਲੀ ਟਰਾਲੀ ਆਉਂਦੀਆਂ ਤਾਂ ਕਰਕੇ ਜਾਮ ਜ਼ਿਆਦਾ ਲੱਗਣ ਲੱਗ ਗਿਆ ਹੁਣ ਚੌਂਕ 'ਚ, ਸਾਜਰ ਹੀ ਲੱਗ ਜਾਂਦਾ ਹੁਣ ਤਾਂ। ਦੁਪਹਿਰ ਦਿਨ ਦੇ ਵਿੱਚ ਤਾਂ ਪਤਾ ਨਹੀਂ ਕਿਆ ਹਾਲ ਹੁੰਦਾ ਹੋਣਾ, ਹਾਲੇ ਤਾਂ ਬੱਜੇ ਵੀ 8:30 ਵੀ ਨਹੀਂ ਹੋਏ ਹਾਲੇ। ਪਿੱਛੇ ਰੋਡਵੇਜ਼ ਦੀ ਬੱਸ ਆ ਰਹੀ ਆ, ਅੱਗੇ ਵੀ ਰੋਡਵੇਜ਼ ਦੀ ਜਾ ਰਹੀ ਆ। ਚਲੋ ਆਪਾਂ ਪੁੱਜ ਗਏ ਨੇ ਕਟਾਣੀ ਗਲਾ, ਹੁਣ ਚੱਲਦੇ ਆ ਆ ਜਾਓ ਖਿੱਚੋ ਖਿੱਚ ਭੱਜੋ ਭੱਜ। ਬੱਸ ਵੀ ਪਈ ਆ ਬਾਈ ਆਪਣੀ, ਹੋ ਗਿਆ ਟਿਕਾਣੀਆਂ ਕਿਹੜਾ ਸੌਖੀਆਂ ਨੇ, ਲੱਕ ਵੀ ਸਿੱਧਾ ਨਹੀਂ ਹੋ ਰਿਹਾ ਹੁਣ। ਮੈਂ ਤਾਂ ਇਹ ਸੋਚ ਕੇ ਅੱਜ ਹੈਰਾਨ ਆ ਵੀ ਬੱਲੀ ਦਾ ਕੀ ਬਣਨਾ, ਸਾਗਰ ਦਾ ਕੀ ਬਣੂੰਗਾ, ਸਾਗਰ ਦੀ ਵੋਟੀ ਬੰਦੇ ਲੈ ਗਈ ਦੋ ਤੇ ਉਹ ਸਾਗਰ ਵਿਚਾਰਾ ਕੀ ਕਰੂੰਗਾ, ਸਾਗਰ ਦਾ ਅੱਜ ਢਿੱਡ ਅੰਦਰ ਹੋ ਜਾਣਾ ਜਿਹੜਾ ਉਹਨੇ ਖਾ ਖਾ ਕੱਢਿਆ ਹੋਇਆ, ਅੱਜ ਅੰਦਰ ਹੋਇਆ ਲੈ ਉਹ ਨੰਗੇ ਆਇਆ ਨਹੀਂ ਤੁਹਾਨੂੰ ਵੀਡੀਓ ਬਣਾ ਕੇ ਪਾਣੀ ਦੀ ਉਹਦੀ ਮੈਂ ਵੀ ਕੀ ਹਾਲ ਪਾਉਂਦਾ ਉਹਦਾ, ਅੱਜ ਬੁਰਾ ਹਾਲ ਹੋ ਜਾਣਾ ਬਾਈ ਅੱਜ ਉਹਦਾ। ਮੈਨੂੰ ਪਤਾ ਵੀ ਮੈਂ ਕਿੰਨੀ ਔਖੀ ਜਗਾਈ ਜਾਂਦਾ ਮੈਂ ਚੁਕਾਉਂਦਾ ਰਹਿੰਦਾ, ਉਹ ਤਾਂ ਚੁਕਾਉਂਦਾ ਵੀ ਨਹੀਂ ਹੈਗਾ, ਅੱਜ ਪਤਾ ਨਹੀਂ ਕੀ ਬਣਨਾ ਉਹਦਾ, ਕੋਈ ਨਹੀਂ ਪਤਾ ਕਰਕੇ ਦੱਸਦਾ ਤੁਹਾਨੂੰ ਬਾਕੀ ਉਹਦਾ ਹਾਲ। ਆਪਾਂ ਢਾਬੇ 'ਤੇ ਰੁਕ ਗਏ ਕਟਾਣੀ, ਚੱਲ ਇੱਥੇ ਠੰਡਾ ਠੁੰਡਾ ਪੀ ਲੈਂਦੇ ਆ ਅਤੇ ਜਾਂ ਮੌਸਟਰਡ ਮਿਲ ਗਿਆ ਮੌਸਟਰਡ ਨਹੀਂ ਸਟਿੰਗ ਸਟੰਗ ਦੇਖਦੇ ਆ ਜੋ ਮੌਸਟਰਡ ਲਈ ਆਪਾਂ ਨੇ, ਮੈਂ ਚੱਲ ਇਹੀ ਪੀ ਲੈਂਦੇ ਆ। ਲਵਲੀ ਦਾ ਆਇਆ ਫੋਨ ਜਾਂ ਮੌਸਟਰਡ ਲੈ ਰਹੇ ਤੇ ਕਹਿੰਦਾ ਬਾਈ ਜਲੇਬੀ ਚੌਂਕ ਕਿੱਥੇ ਆ, ਮਾਂ ਬਾਈ ਜਲੇਬੀ ਹਲਵਾਈ ਕੋਲ ਆਉਣੀ ਆ ਹੁਣ, ਜੇ ਹਲਵਾਈ ਨੂੰ ਪੁੱਛ ਕਿੱਥੇ ਆ ਜਲੇਬੀ ਚੌਂਕ, ਹੁਣ ਜਲੇਬੀ ਚੌਂਕ ਦਾ ਤਾਂ ਆਪਾਂ ਨੂੰ ਵੀ ਨਹੀਂ ਪਤਾ, ਹਲਵਾਈ ਕੋਲੋਂ ਪਤਾ ਲੱਗਣਾ। ਚਲੋ ਕੋਈ ਨਹੀਂ ਦੇਖ ਕੇ ਲੋਕੇਸ਼ਨ ਜੀ ਭੇਜ ਦੇਵਾਂ ਪਹਿਲਾਂ ਉਹਨਾਂ ਨੂੰ, ਫੇਰ ਕਰਦੇ ਆ ਗੱਲ ਉਹਨਾਂ ਦੀ ਜਲੇਬੀ ਚੌਂਕ ਲੱਭਦੀ ਹੈ। ਆਪ ਪੁੱਜ ਗਏ ਨੀਲੋ, ਸਾਗਰ ਦੀ ਵੋਟੀ ਦਾ ਆਇਆ ਸੀ ਫੋਨ ਕਹਿੰਦਾ ਆ ਜਲੇਬੀ ਚੌਂਕ ਜਾਣਾ ਹੈ, ਹੁਣ ਜਲੇਬੀ ਚੌਂਕ ਪਤਾ ਕਰਕੇ ਦੱਸਿਆ ਵੀ ਕਿੱਥੇ ਆ। ਚਲੋ ਆਪਾਂ ਚੱਲਦੇ ਹੁਣ ਘਰਾਂ ਨੂੰ ਆ ਜਾਓ। ਆਪਾਂ ਗੜੀ ਵਾਲੇ ਪੁੱਲ 'ਤੇ ਪੁੱਜ ਗਏ ਨੇ ਅਤੇ ਕਾਲਾ ਬਾਬਾ ਇੱਥੇ ਖੜਦਾ, ਚਲੋ ਹੁਣ ਚੱਲਦੇ ਆ ਘਰਾਂ ਨੂੰ ਹੌਲੀ ਹੌਲੀ, ਸਰੀਰ ਜਾਂ ਦੁਖੀ ਜਾ ਰਿਹਾ ਆ ਜਾਓ ਚੱਲੀਏ, ਦਵਾਈ ਦੁਵਾਈ ਖਾਂਦੇ ਜਾ ਕੇ ਘਰ ਪੇਨ ਕਿਲਰ।
ਝਾੜ ਸਾਹਿਬ ਗੁਰਦੁਆਰੇ ਸਾਹਿਬ ਕੋਲ ਪਹੁੰਚ ਗਏ ਆਪਾਂ। ਇਹ ਲੰਗਰ ਹਾਲ ਆ, ਉਹ ਸਾਹਮਣੇ ਗੁਰਦੁਆਰਾ ਸਾਹਿਬ ਆ। ਗੱਡੀਆਂ ਬਹੁਤ ਖੜਦੀ ਹੈ ਇੱਥੇ, ਡਰਾਈਵਰ ਭਰਾ ਆਪਣੇ ਰਾਤ ਨੂੰ ਬਹੁਤ ਗੱਡੀ ਖੜਦੀ ਹੈ ਇੱਥੇ। ਜਿਹੜੇ ਢਾਬੇ 'ਤੇ ਨਹੀਂ ਰੁਕਦੇ ਉਹ ਇੱਥੇ ਰੁਕ ਜਾਂਦੇ ਨੇ। ਸੇਫ ਵੀ ਆ ਅਤੇ ਲੰਗਰ ਪਾਣੀ ਦਾ ਵੀ ਪ੍ਰਬੰਧ ਆ 24 ਘੰਟੇ ਇੱਥੇ। ਅਤੇ ਸੇਵਾਦਾਰ ਵੀ ਵਧੀਆ ਨੇ ਇੱਥੇ ਦੇ। ਹੁਣ ਆਪਾਂ ਘਰ ਨੂੰ ਜਾ ਰਹੇ ਹਾਂ, ਬਲੌਰਪੁਰ ਵਾਲਾ ਪੁੱਲ ਦੇ ਕੋਲ ਪਹੁੰਚ ਲਏ ਆਪਾਂ। ਬੈਲੌਰਪੁਰ ਆ ਜਾਓ, ਘਰ ਆ ਪਹੁੰਚੇ ਥੱਲੇ। ਮੈਂ ਗੱਡੀ ਲਾਈਏ ਮੋੜ ਕੇ ਬੈਗ ਥੱਲੇ ਅਤੇ ਆ ਜਾਓ ਚੱਲੀਏ ਫਿਰ ਘਰਾਂ ਨੂੰ। ਹੁਣ ਪੁੱਜ ਜੱਸਾ ਆਉਂਦੀ ਸਰ ਚੜ੍ਹ ਗਿਆ ਗੋਦੀ। ਹੈਲੋ ਕਹਿੰਦੇ ਸਤਿ ਸ਼੍ਰੀ ਅਕਾਲ ਬੁਲਾ ਦਿਓ ਸਾਰਿਆਂ ਨੂੰ ਅਤੇ ਸਤਿ ਸ਼੍ਰੀ ਅਕਾਲ ਫਿਰ ਮੈਮ ਵਾ। ਚਲੋ ਹੁਣ ਬਾਅਦ 'ਚੋਂ ਕਰਦੇ ਗੱਲਬਾਤ। ਹਾਂਜੀ, ਅਗਲੇ ਦਿਨ ਦੀ ਹੋ ਗਈ ਆਪਣੀ ਸ਼ੁਰੂਆਤ ਅਤੇ ਗੱਡੀ ਕਰ ਲਈ ਆਪਣੇ ਸਟਾਰਟ। ਧੂਪ ਬੱਤੀ ਲਾਉਣੀ ਹੈ ਜਾ ਕੇ ਹੁਣ ਅਤੇ ਚੱਲਦੇ ਆਪਣਾ ਰਾਗੜ ਨੂੰ ਗੱਡੀ ਲੈ ਕੇ ਹੁਣ ਆ ਜਾਓ ਚੱਲੀਏ। ਧੂਪ ਬੱਤੀ ਕਰ ਦਿੱਤੀ ਆਪਾਂ ਨੇ ਅਤੇ ਹੁਣ ਚੱਲਦੇ ਆ ਨਾਲਾਗੜ ਨੂੰ, ਆ ਜਾਓ ਚੱਲੀਏ। ਮਾਰੀਏ ਗੇਅਰ ਗੱਡੀ ਦਾ ਪਾਈਏ ਅਤੇ ਨਾਲਾਗੜ ਨੂੰ ਚੱਲੀਏ। ਲਓ ਜੀ, ਪਾ ਲਿਆ ਆਪਣੇ ਦੂਆ ਗੇਅਰ, ਪਹਿਲਾਂ ਤਾਂ ਪਾਉਣ ਦੀ ਲੋੜ ਨਹੀਂ ਸੀ, ਦੂਆ ਪਾ ਲਿਆ। ਆ ਜਾਓ ਚੱਲੀਏ ਫਿਰ ਹੁਣ। ਪਹਿਲਾ ਗੇਅਰ ਤਾਂ ਪਾਇਆ ਜਾਂਦਾ ਜੇ ਲੋੜ ਜ਼ਿਆਦਾ ਹੋਵੇ, ਹੁਣ ਤਾਂ ਖਾਲੀ ਆ। ਚਲੋ ਆ ਜਾਓ ਚੱਲੀਏ ਹੁਣ ਨਾਲਾਗੜ੍ਹ ਨੂੰ, ਬਾਕੀ ਜਾ ਕੇ ਕਰਦੇ ਆ ਗੱਲ। ਨਾਲਾਗੜ੍ਹ ਪੁੱਜ ਗਏ ਆਪਾਂ ਢਾਬੇ 'ਤੇ ਅਤੇ ਆਪਾਂ ਚਾਹ ਪੀ ਰਹੇ ਹਾਂ। ਚਾਹ ਚੁੱਕ ਕੇ ਫਿਰ ਦੇਖਦੇ ਹਾਂ ਡਿਮਾਂਡ ਅਤੇ ਫਿਰ ਕਰਾਂਗੇ ਬਾਕੀ ਗੱਲਬਾਤ ਜਿੱਦਾਂ ਵੀ ਹੋਇਆ। ਯੂਨੀਅਨ 'ਚ ਪੁੱਜ ਗਏ, ਲੋਕ ਲੱਗੇ ਹੋਏ ਨੰਬਰ ਦੇਖਣ ਅਤੇ ਆਪਾਂ ਵੀ ਹੁਣ ਡਿਮਾਂਡ ਸੁਣਦੇ ਆ। ਆ ਜਾਓ ਮੁੰਡੇ ਕਹਿੰਦੇ ਕਾਲੀ ਡਿਮਾਂਡ ਨੂੰ ਲਵਾਉਣੀ ਐਡ ਕਰਾ ਕੇ ਅਸੀਂ। ਬੈਠੋ ਬੈਠੇ ਦੇਖੋ ਕਿੱਦਾਂ ਇਹ। ਅਤੇ ਹੁਣ ਸੁਣਦੇ ਹਾਂ ਅਸੀਂ, 41 ਸੁਣਾਂਗੇ ਅੱਜ। ਟਾਈਮ ਬੈਠੇ ਜਿਵੇਂ ਕੁੜੀ ਦੱਬ ਗਿਆ ਹੋਵੇ ਅਸੀਂ। ਬੱਲੀ ਭੇਜਿਆ ਪਰਚੀ ਲਵਾਉਣ, ਆਹ ਮੁੰਡਾ ਬਾਹਰ ਤੋਂ ਆਇਆ। ਹੁਣ ਆਪਾਂ ਚੱਲੇ ਗੱਡੀ ਨੂੰ ਅਤੇ ਸਾਗਰ ਦੀ ਵੋਟੀ ਹੋ ਜਾਂਦੀ ਆ। ਸਾਗਰ ਨੇ 29 ਨਵੀਆਂ ਲੈ ਕੇ ਦੇਤੀ ਆਪਣੀ ਵੋਟੀ ਨੂੰ, ਸੋਨੇ ਦੀ ਮੁੰਦਰ ਪਵਾ ਤੀ। ਜੀਜੇ ਨੂੰ ਸਾਲੇ ਦਾ ਡਰ ਪੈ ਗਿਆ ਬਲੌਗ ਚ। ਭੇਜੀਆਂ ਦੇਖੋ ਵਿੱਚ
ਯੂਨੀਅਨ ਦੇ ਵਿੱਚ ਦੇਖੋ ਕਿੰਨਾ ਇਕੱਠ ਹੋਇਆ ਹੋਇਆ ਅੱਜ, ਸਾਰੀ ਡਿਮਾਂਡਾਂ ਇੱਥੇ ਹੀ ਹੋ ਰਹੀਆਂ ਨੇ, ਰੌਣਕਾਂ ਲੱਗੀਆਂ ਹੋਈਆਂ ਨੇ, ਪਾਰਕਿੰਗ ਦੇ ਵਿੱਚ ਫਿਰਦੇ ਆ ਘੁੰਮਦੇ ਅੱਜ, ਬੱਲੀ ਘੁੰਮਦਾ ਫਿਰਦਾ। ਸਾਗਰ ਤੇਰੀ ਬੋਟੀ ਕਿੱਥੇ ਆ? ਬੋਟੀ ਪਤਾ ਨੀ ਕਿੱਧਰ ਗਈ, ਤੇਰੀ ਬੋਟੀ ਹੋ ਗਈ ਬਾਈ, ਲੱਭ ਕੇ ਦੋ। ਮੂਸੇ ਵਾਲਾ ਹੋਈ ਪਈ ਆ, ਇੱਧਰ ਵੀ ਆ ਮੂਸੇ ਵਾਲਾ, ਤੇ ਹੁਣ ਇਹ ਚੱਲਿਆ ਰੋਟੀ ਵਾਲ ਨੂੰ ਲਈ ਆਪਾਂ ਨੇ ਲਵਾ, ਤੇ ਹੁਣ ਚੱਲਦੇ ਆ ਭਰਨ, ਤੇ ਜਾ ਕੇ ਦੇਖਦੇ ਆ ਫੈਕਟਰੀ ਦੇ ਵਿੱਚ ਕੀ ਹਾਲ ਆ। ਜੀਜਾ ਸਾਲਾ ਪਏ ਸੁੱਤੇ, ਜੀਜਾ ਸਾਲਾ ਸੁੱਤੇ ਪਏ ਆ, ਪਏ ਰਹਿੰਦੇ ਸੁੱਤੇ। ਗੱਡੀ ਲਵਾਈ ਕਿ ਨਹੀਂ? ਪਾਰਕਿੰਗ ਚੋਂ ਗੱਡੀਆਂ ਲਈ ਆਪਾਂ ਨੇ ਕੱਢ, ਤੇ ਹੁਣ ਤੇਲ ਪਵਾਉਂਦੇ ਆ ਜਾ ਕੇ, ਭਰ ਚੱਲੀਏ, ਜਾ ਕੇ ਪਵਾਉਂਦੇ ਆ ਤੇਲ, ਤੇ ਕਰਦੇ ਆ ਗੱਲਬਾਤ ਜਾਂਦੇ ਹੋਏ। ਆ ਜਾਓ ਪੰਪ ਤੇ, ਪੁੱਜ ਗਏ ਪੰਪ ਤੇ, ਹੁਣ ਪਵਾਉਂਦੇ ਆ ਤੇਲ, ਆਪਾਂ ਫੇਰ ਕਰਦੇ ਆ ਗੱਲਬਾਤ ਜਿੱਦਾਂ ਵੀ ਹੋਇਆ। ਤੇਲ ਲਿਆ ਪਵਾ ਆਪਾਂ ਨੇ, ਤੇ ਹੁਣ ਚੱਲਦੇ ਆ ਫੈਕਟਰੀ ਨੂੰ, ਆ ਜਾਓ ਚੱਲੀਏ। ਲਓ ਜੀ ਗੱਡੀ ਨੂੰ ਮਾਰ ਲਈਏ ਸੈਲਫ, ਫਿਰ ਆਪਾਂ ਚੱਲਦੇ ਹਾਂ ਫੈਕਟਰੀ ਨੂੰ। ਚਲੋ ਚੱਲੀਏ ਫਿਰ ਫੈਕਟਰੀ ਨੂੰ ਜੀ, ਕਰਦੇ ਹਾਂ ਗੱਲ। ਆਪਾਂ ਤੇਲ ਤੂਲ ਪਵਾ ਕੇ ਤੁਰ ਪਏ ਸੀ, ਅਤੇ ਹੁਣ ਜਾ ਰਹੇ ਹਾਂ ਫੈਕਟਰੀ ਨੂੰ, ਰਾਜਪੁਰੇ ਵੱਜਣੇ ਵਾਲੇ ਹੋ ਗਏ, ਧੁੱਪਾ ਬਹੁਤ ਆ, ਗਰਮੀ ਇੰਨੀ ਹੋ ਗਈ ਹੋਈ ਆ ਪੁੱਛੋ ਨਾ ਹੁਣ, ਅਤੇ ਆਪਾਂ ਜਾ ਕੇ ਕਰਦੇ ਆ ਗੱਲਬਾਤ ਹੁਣ ਜਿੱਦਾਂ ਵੀ ਹੋਇਆ, ਜਾ ਕੇ ਦੇਖਦੇ ਹਾਂ ਬਾਕੀ ਫੈਕਟਰੀ ਦੇ ਵਿੱਚ ਕੀ ਆ, ਕੀ ਹਿਸਾਬ ਕਿਤਾਬ ਆ। ਹੁਣ ਨੰਬਰ ਤਾਂ ਪਹਿਲਾਂ ਹੀ ਪਏ ਹੋਏ ਆਪਣੇ, ਆ ਚੱਲੀਏ ਫਿਰ ਫੈਕਟਰੀ ਨੂੰ। ਹੁਣ ਪਾਰਕਿੰਗ ਪਹੁੰਚ ਗਏ ਨੇ, ਗੱਡੀਆਂ ਦਿੱਤੀਆਂ ਲਾ, ਮੈਂ ਚਲ ਰੋਟੀ ਖਾ ਲਈਏ, ਆਇਓ ਰੋਟੀ ਖਾ ਕੇ ਫਿਰ ਦੇਖਦੇ ਹਾਂ ਜਿੱਦਾਂ ਵੀ ਹੋਇਆ। ਗਿਆਨੀ ਆਇਆ 15 ਦਿਨਾਂ ਬਾਅਦ, ਫਿਰ ਕਹਿੰਦਾ ਵੀ ਆਉਂਦੇ ਨੀ ਮੇਰੇ ਕੋਲ, ਮਿੰਤਾ ਕਰੀ ਚਲੋ ਫਿਰ ਇੱਥੇ ਜਾ ਰਹੀ ਆ। ਪੰਮੀ ਵੀ ਨੀ ਚਾਹ ਪਿਲਾਉਂਦਾ, ਫਿਰ ਗਿਆਨੀ ਕੋਲ ਜਾਵਾ, ਕਹਿੰਦਾ ਦੁੱਧ ਨੀ ਹੈਗਾ, ਗਿਆਨੀ ਕੋਲ ਜਾਓ, ਕਹਿ ਦਿੰਦਾ ਮੈਂ ਮੈਚ ਆਉਣੀ ਆ, ਕਰਨੀ ਹੋਰ ਆਖਣਾ ਕੋਕਾ ਕੀ ਨੇ ਬੋਲ ਹੁਣ ਗੱਡੀਆਂ ਦਿੱਤੀਆਂ ਛੱਡ, ਪਿੱਛੇ ਆਉਂਦਾ ਬੱਲੀ ਢਾਉਣ, ਸਾਗਰ ਆ ਗਿਆ ਪਿੱਛੇ ਸਾਗਰ, ਤੇ ਆਪਾਂ ਜਾ ਰਹੇ ਹਾਂ ਪਾਸ ਨਹੀਂ ਕਹਿੰਦਾ ਮੇਰੀ ਵੀਡੀਓ ਬਣਾਓ, ਸਾਗਰ ਦੀ ਗੁੱਡੀ ਕਹਿੰਦੀ ਵੀਡੀਓ ਬਣਾਓ ਮੇਰੀ, ਨਾ ਪਾਸ ਭਰਨ ਨੂੰ ਕਰਦਾ ਇਹ,
ਖੱਬੇ ਹੀ ਹੋਇਓ ਬਾਈ, ਇਹਦਾ ਕੁਛ ਨਹੀਂ ਪਤਾ। ਆਓ ਚੱਲੀਏ ਫਿਰ, ਕੰਡਾ ਕੁੰਡਾ ਲਿਆ ਕਰਾ, ਹੁਣ ਇੱਕ ਨੰਬਰ ਨੂੰ ਚੱਲੇ ਆਪਾਂ। ਆ ਚੱਲੀਏ ਦੇਖਦੇ ਹਾਂ, ਬਾਕੀ ਜਾ ਕੇ ਆ ਜਾਓ ਯਾਰ, ਜਾਂਦੇ ਹੋਏ ਦੇਖਦੇ ਆ ਜਾਓ ਭਾਈ। ਇੱਕ ਨੰਬਰ ਦੇ ਵਿੱਚ ਆ ਗਏ, ਬੱਲੀ ਵੀ ਮਗਰੇ ਆ ਗਿਆ, ਪਰ ਲੱਗੇ ਨੇ ਭਰਨ, ਗੱਡੀਆਂ ਲਾ ਦੀ ਆਪਾਂ ਨੇ। ਦੇਖਦੇ ਕਿੰਨਾ ਟਾਈਮ ਲੱਗਦਾ, ਹੁਣ ਲੋਡਿੰਗ ਚੱਲ ਪਈ, ਆ ਜਾਓ ਦੇਖਦੇ ਆ। ਲੱਗਿਆ ਲਾਣ ਬੱਲੀ ਗੱਡੀ, ਗੱਡੀ ਲਾਊਂ ਤੋਂ ਬਾਅਦ ਦੇਖਦੇ ਆ ਕੀ ਬਣਦਾ। ਗੱਡੀ ਲਾ ਲੈਣ ਦੋ, ਆਪਣੀ ਲੱਗ ਗਈ ਭਰਨ, ਦੋ ਵਾਰ ਇਹਦੇ ਵਾਲੀ ਭਰਨੀ ਆ। ਲਵਲੀ ਉੱਧਰ ਚੱਲ ਗਿਆ, ਆਪਾਂ ਇੱਧਰ ਆ ਗਏ, ਚਲੋ ਦੇਖੀਏ। ਗੱਡੀ ਗਈ ਆਪਣੀ ਭਰ, ਅਤੇ ਗੱਡੀ ਕੱਢ ਲਈ ਛੁੱਟ ਥੱਲੇ ਤੋਂ, ਤਰਪਾਲਾਂ ਬੰਨ ਲਈਆਂ ਨੇ, ਅਤੇ ਹੁਣ ਜਾ ਕੇ ਕੰਡਾ ਕਰਾਉਂਦੇ ਆ। ਆ ਜਾਓ ਚੱਲੀਏ ਫਿਰ, ਕੰਡਾ ਕੁੰਡਾ ਕਰਾ ਕੇ ਫੇਰ ਕੱਢਦੇ ਆ, ਬੱਲੀ ਵੇਟ ਕਰਦੇ ਆ। ਆ ਜਾਓ, ਕੰਡੇ 'ਤੇ ਪੁੱਜ ਗਏ, ਕੰਡੇ 'ਤੇ ਕੋਈ ਵੀ ਨਹੀਂ, ਚਾਹ ਪੀਣ ਗਏ ਹੋਏ ਆ, ਅਤੇ ਆਉਂਦੇ ਆ ਹੁਣ ਚਾਹ ਚੂ ਪੀ ਕੇ, ਉਹ ਫਿਰ ਖੋਣਾ ਕੰਡਾ, ਫਿਰ ਨਿਕਲਣਾ ਬਿਲ। ਪਿੱਛੇ ਵੀ ਆ ਗਈ ਆਪਣੇ ਇੱਕ ਗੱਡੀ, ਅਤੇ ਇੱਧਰ ਲਾਈਨ ਪੂਰੀ ਲੱਗੀ ਹੋਈ ਆ ਦੋ ਨੰਬਰ 'ਚ, ਅਤੇ ਆਪਾਂ ਨੇ ਇੱਕ ਨੰਬਰ ਦੇ ਵਿੱਚੋਂ ਭਰ ਕੇ ਆ ਗਏ ਕੰਡੇ 'ਤੇ। ਚਲੋ ਹੁਣ ਕੰਡਾ ਕੁੰਡਾ ਕਰਾ ਕੇ ਫਿਰ ਕਰਦੇ ਆ ਗੱਲਬਾਤ, ਬਿਲਕੁਲ ਲੈ ਲਈਏ ਪਹਿਲਾਂ।